ਇਹਨਾਂ ਤਾਂ ਪੰਜਾਬ ਸਾਰਾ ਕਰੋਨਾ 'ਚ ਮਸਤ ਹੈ, ਸੀਐਮ ਸਾਹਿਬ ਸਾਡੇ ਬਾਗਾਂ 'ਚ ਮਸਤ ਆ, ਉਹ ਸੀਤਾ ਫਲ ਭਾਲਦੇ ਫਿਰਦੇ। ਭਾਲਣੇ ਵੈਂਟੀਲੇਟਰ ਚਾਹੀਦੇ ਸੀ ਇਹਨਾਂ ਨੂੰ, ਭਾਲਣੇ ਇਹਨਾਂ ਨੂੰ ਡਾਕਟਰ ਚਾਹੀਦੇ ਸੀ, ਭਾਲਣੇ ਇਹਨਾਂ ਨੂੰ ਕਰੋਨਾ ਵਾਰੀਅਰਸ ਚਾਹੀਦੇ ਸੀ, ਲੋਕਾਂ ਦੇ ਨਾਲ ਜਾ ਕੇ ਖੜਨਾ ਚਾਹੀਦਾ ਸੀ। ਕਰੋਨਾ ਦਾ ਸਮਾਨ ਆਇਆ, ਦਸਤਾਨੇ ਹੈਗੇ ਆ, ਮਾਸਕ ਹੈਗੇ ਆ, ਜਿਹੜੀ ਪੀ ਪੀ ਕਿੱਟ ਹੈ, ਵੈਂਟੀਲੇਟਰਸ ਹੈ। ਇਹ ਘਟੀਆ ਕੁਆਲਿਟੀ ਦੇ, ਇਹਨਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਇਹ ਕਿਉਂ ਨਹੀਂ ਕੀਤਾ ਉਦੋਂ? ਅਤੇ ਉਹਦੇ 'ਚ ਜਿਹੜੀ ਦਵਾਈ 500 ਦੀ ਉਹ 1000 ਦੀ ਲਾਉਂਦੇ, ਉਹਦੇ ਅਸੀਂ ਰੇਟਲੈਸ ਮੰਗ ਰਹੇ ਹਾਂ। ਇੱਕ MLA ਦੇ ਮੰਗਣ 'ਤੇ ਰੇਟਲੈਸ ਨਹੀਂ ਦਿੱਤੀ ਜਾਂਦੀ। ਉੱਥੋਂ ਦੇ ਮੈਡੀਕਲ ਸੁਪਰਡੈਂਟ ਨੇ 2 ਵਾਰੀ ਚਿੱਠੀ ਲਿਖੀ ਉਹਨੂੰ, ਰੇਟਲੈਸ ਨਹੀਂ। ਇਹਦਾ ਮਤਲਬ ਕਪੜਾ ਉੱਥੇ, ਇਹ ਤਾਂ ਕਹਿੰਦੇ ਵੀ ਕਰੋਨਾ ਵੀ ਧਰਨਾ ਨਾ ਦਿਓ ਅਤੇ ਫਿਰ ਅਸੀਂ ਲੋਕਾਂ ਨੂੰ ਲੁੱਟਣ ਥੋੜ੍ਹੀ ਦੇਣਾ। ਅਤੇ ਮੈਂ ਤਾਂ ਉੱਥੇ ਜਾ ਕੇ ਚੌਂਕ ਲਾ ਕੇ ਛੇਤਰ ਮਾਰਨੇ ਇਹਦੇ, ਮਤਲਬ ਫਿਕਰ ਹੀ ਨਹੀਂ ਆਪਦੇ ਦੇਸ਼ ਦਾ। ਫੋਟੋਆਂ ਖਿਚਾਉਣ ਦਾ ਫਿਕਰ ਇਹਨਾਂ ਨੂੰ, ਫੋਟੋ ਖਿਚਾਉਂਦੇ ਰਹਿੰਦੇ, 10-10 ਲੱਖ ਦਾ ਸੂਟ ਪਾ ਲੈਂਦੇ ਆ, ਲੋਕਾਂ ਦਾ ਫਿਕਰ ਹੀ ਨਹੀਂ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਲੋਕ ਇਹਨਾਂ ਦੇ ਕੰਮ ਦੇਖਿਆ ਕਰੋ ਯਾਰ, ਭਾਸ਼ਣ ਨਾ ਦੇਖਿਆ ਕਰੋ, ਕੰਮ ਦੇਖਿਆ ਕਰੋ। ਪੰਜਾਬ ਹਿੰਦੁਸਤਾਨ ਸੋਨੇ ਦੀ ਚਿੜੀ ਆ, ਇਹ ਸੋਨੇ ਦੀ ਚਿੜੀ ਬਣ ਸਕਦਾ ਚੱਜ ਦੇ ਬੰਦਿਆਂ ਨੂੰ ਬਿਠਾ ਲਈਏ ਆਪਾਂ। ਬੜੀ ਮੰਦਭਾਗੀ ਗੱਲ ਹੈ ਕਿ ਪਿਛਲੇ 1.25 ਸਾਲ ਤੋਂ ਪੂਰੇ ਭਾਰਤ ਦੇ ਵਿੱਚ ਕਰੋਨਾ ਆ ਜਾਂਦਾ, ਅਤੇ ਕਰੋਨਾ ਦੀ ਗੱਲ ਕਰੀਏ ਤਾਂ ਕਾਫੀ ਲੋਕ ਜਿਹੜੇ ਨੇ ਮੌਤਾਂ ਹੁੰਦੀਆਂ ਨੇ, ਕਾਫੀ ਲੋਕ ਜਿਹੜੇ ਨੇ ਆਕਸੀਜਨ ਦੀ ਘਾਟ ਕਰਕੇ ਮਰਦੇ ਨੇ। ਪਰ ਅਗਰ 1.25 ਸਾਲ ਪਹਿਲੇ ਦੀ ਗੱਲ ਕਰੀਏ ਤਾਂ ਪਹਿਲੇ ਹੀ ਜਦੋਂ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਕਿ ਕਰੋਨਾ ਭਾਰਤ ਦੇ ਵਿੱਚ ਆ ਚੁੱਕਿਆ ਹੈ, ਪੈਰ ਪਸਾਰ ਰਿਹਾ। ਅਤੇ ਅਗਰ ਦਸੰਬਰ ਦੀ ਗੱਲ ਕਰੀਏ ਤਾਂ ਦਸੰਬਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਸੈਕਿੰਡ ਵੇਵ ਜਿਹੜੀ ਵੱਡੀ ਵੇਵ ਹੈ ਉਹ ਆਉਣ ਵਾਲੀ ਹੈ। ਅਤੇ ਉਸਦੇ ਬਾਵਜੂਦ ਵੀ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੰਤਜ਼ਾਮ ਜਿਹੜੇ ਨੇ, ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਨੇ, ਟੋਟਲੀ ਫੇਲ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਖਾਸ ਗੱਲਬਾਤ ਕਰ ਲੈਂਦੇ ਕੁਲਤਾਰ ਸਿੰਘ ਸੰਧਵਾ, ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ। ਸੰਧਵਾ ਸਾਹਿਬ, ਪੰਜਾਬ ਸਰਕਾਰ ਦੀ ਗੱਲ ਕਰੀਏ, ਕਰੋਨਾ ਮਾਮਲਿਆਂ ਦੀ ਗੱਲ ਕਰੀਏ, ਆਕਸੀਜਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਟੋਟਲੀ ਫੇਲ ਹੁੰਦੀ ਦਿਖਾਈ ਦੇ ਰਹੀ ਹੈ। ਹੁਣ ਅਗਰ ਵੈਂਟੀਲੇਟਰ ਦੀ ਗੱਲ ਕਰ ਲਈਏ ਤਾਂ ਕਿਤੇ ਕਿਤੇ ਵੈਂਟੀਲੇਟਰ ਹੈ ਨਹੀਂ। L3 ਬੈੱਡ ਦੀ ਗੱਲ ਕਰ ਲਈਏ ਤਾਂ ਸਿਰਫ ਪਟਿਆਲੇ ਦੇ ਵਿੱਚ L3 ਬੈੱਡ ਹੈਗੇ ਨੇ। ਅਗਰ ਕਿਤੇ ਕਿਤੇ ਵੈਂਟੀਲੇਟਰ ਹੈਗੇ ਨੇ ਤਾਂ ਵੈਂਟੀਲੇਟਰ ਓਪਰੇਟਰ ਨਹੀਂ ਹੈਗੇ, ਅਗਰ ਓਪਰੇਟਰ ਵੀ ਹੈਗੇ ਨੇ ਤਾਂ ਵੈਂਟੀਲੇਟਰ ਖਰਾਬ ਨੇ। ਕਿਸ ਤਰ੍ਹਾਂ ਦੇਖਦੇ? ਦੇਖੋ ਜੀ, ਇੱਕ ਪ੍ਰਾਇਓਰਟੀ ਹੁੰਦੀ ਹੈ ਕਿਸੇ ਵੀ ਸਰਕਾਰ ਦੀ, ਕਿਸੇ ਵੀ ਸੰਸਥਾ ਦੀ। ਇਹਨਾਂ ਤਾਂ ਪੰਜਾਬ ਸਾਰਾ ਕਰੋਨਾ 'ਚ ਮਸਤ ਹੈ, ਸੀਐਮ ਸਾਹਿਬ ਸਾਡੇ ਬਾਗਾਂ 'ਚ ਮਸਤ ਆ, ਉਹ ਸੀਤਾ ਫਲ ਭਾਲਦੇ ਫਿਰਦੇ ਆ। ਭਾਲਣੇ ਵੈਂਟੀਲੇਟਰ ਚਾਹੀਦੇ ਸੀ ਇਹਨਾਂ ਨੂੰ, ਭਾਲਣੇ ਇਹਨਾਂ ਨੂੰ ਡਾਕਟਰ ਚਾਹੀਦੇ ਸੀ, ਭਾਲਣੇ ਇਹਨਾਂ ਨੂੰ ਕਰੋਨਾ ਵਾਰੀਅਰਸ ਚਾਹੀਦੇ ਸੀ, ਲੋਕਾਂ ਦੇ ਨਾਲ ਜਾ ਕੇ ਖੜਨਾ ਚਾਹੀਦਾ ਸੀ। ਇਹ ਤਾਂ ਉੱਥੋਂ ਨਹੀਂ ਬਾਹਰ ਨਿਕਲਦੇ ਜੀ, ਬਾਹਰ ਨਿਕਲਣ ਪਤਾ ਲੱਗੇ। ਜਿਹੜੀ ਇਹ ਗੱਲ ਕਰਦੇ ਨਾ ਵੈਂਟੀਲੇਟਰਸ ਦੀ, ਵੀ ਅੱਜ ਅਸੀਂ ਤਾਂ ਯੂਜ਼ ਕਰਨੇ ਸ਼ੁਰੂ ਕੀਤੇ, ਅੱਜ ਲੋੜ ਪਈ ਹੈ, ਕਿਉਂ? ਪਿਛਲੇ ਸਾਲ ਦੇ ਆਏ ਹੋਏ ਆ ਅਸੀਂ। 8 ਸਤੰਬਰ ਨੂੰ ਸਾਡੀਆਂ ਜਥੇਬੰਦੀਆਂ ਫਰੀਦਕੋਟ ਦੀਆਂ VC ਨੂੰ ਮਿਲੀਆਂ ਉੱਥੇ, ਵੀ ਆਹ ਜਿਹੜਾ ਕਰੋਨਾ ਦਾ ਸਮਾਨ ਆਇਆ, ਦਸਤਾਨੇ ਹੈਗੇ ਆ, ਮਾਸਕ ਹੈਗੇ ਆ, ਜਿਹੜੀ PP ਕਿੱਟ ਹੈ, ਵੈਂਟੀਲੇਟਰਸ ਹੈ, ਇਹ ਘਟੀਆ ਕੁਆਲਿਟੀ ਦੇ, ਇਹਨਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਇਹ ਕਿਉਂ ਨਹੀਂ ਕੀਤਾ ਉਦੋਂ? ਉਸ ਤੋਂ ਬਾਅਦ ਫਿਰ ਅਸੀਂ 4 ਮਾਰਚ ਨੂੰ ਮਿਲੇ, ਐਗਜੈਕਟ ਡੇਟ ਮੈਂ ਤੁਹਾਨੂੰ ਦੱਸ ਦੂੰਗਾ। ਫਿਰ ਮੈਂ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ, ਮੰਤਰੀ ਸੋਨੀ ਸਾਹਿਬ ਫਰੀਦਕੋਟ ਜਾਂਦੇ ਆ, ਉਹਨਾਂ ਨਾਲ ਮੀਟਿੰਗ ਹੁੰਦੀ ਹੈ, ਔਰ ਮੀਟਿੰਗ ਦੇ ਵਿੱਚ ਦਾਸ, ਕੁਸ਼ਲਦੀਪ ਢਿੱਲੋਂ MLA, ਮਾਣਯੋਗ MLA ਫਰੀਦਕੋਟ, ਮਾਣਯੋਗ ਮੰਤਰੀ ਸਾਹਿਬ, ਸਾਡੇ ਵਾਈਸ ਚਾਂਸਲਰ ਫਰੀਦਕੋਟ, ਸੈਕਟਰੀ ਹੈਲਥ, DC ਫਰੀਦਕੋਟ, ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ, ਪ੍ਰਿੰਸੀਪਲ ਬਾਬਾ ਫਰੀਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਸਾਰਾ ਅਮਲਾ ਫੈਲਾ ਉੱਥੋਂ ਦਾ, SSP ਸਾਰੇ ਉੱਥੇ ਆ। ਉੱਥੇ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਘੰਟਾ ਪਹਿਲਾਂ ਦੇਖ ਕੇ ਆਏ ਹਾਂ, 14 ਵੈਂਟੀਲੇਟਰ ਜਿਹੜੇ PM ਕੇਅਰ 'ਚੋਂ ਆਏ ਆ, ਉਹ ਮੈਡੀਕਲ ICU 'ਚ ਸਾਈਡ 'ਤੇ ਲਾਏ ਪਏ ਆ, ਵੀ ਖਰਾਬ ਆ, ਕਿਉਂ ਨਹੀਂ ਠੀਕ ਕਰਾਉਂਦੇ ਤੁਸੀਂ? ਕਹਿੰਦੇ ਜੀ ਹੁਣੇ ਠੀਕ ਕਰਾ ਦਾਂਗੇ। ਅੱਜ ਤਾਂ ਇਹਨਾਂ ਦਾ ਹੁਣੇ ਨਹੀਂ ਆਇਆ। ਸੋ ਇਹਨਾਂ ਦੀ ਪ੍ਰਾਇਓਰਟੀ ਨਹੀਂ ਹੈ, ਲੋਕ ਮਰ ਰਹੇ ਆ। ਔਰ ਦੂਜਾ, 1.5 ਮਹੀਨਾ ਹੋ ਗਿਆ ਮੈਂ ਇਹਨਾਂ ਤੋਂ ਅੰਮ੍ਰਿਤ ਫਾਰਮੈਸੀ ਦੀ ਰੇਟ ਲਿਸਟ ਮੰਗ ਰਿਹਾ, ਕਿਉਂਕਿ ਅੰਮ੍ਰਿਤ ਫਾਰਮੈਸੀ ਜਿਹੜੀ ਅੰਦਰ ਹੈ ਮੈਡੀਕਲ ਕਾਲਜ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਹੀ ਉਹਦੇ ਖੁੱਲ੍ਹੀਆਂ ਹੋਈਆਂ ਅੰਮ੍ਰਿਤ ਫਾਰਮੈਸੀ, ਉੱਥੇ 1.5 ਗੁਣਾ ਰੇਟ ਲਾਏ ਜਾ ਰਹੇ, ਜਿਹੜਾ ਇਹ ਉਹ ਬੀਮੇ ਵਾਲਾ ਕਾਰਡ ਜਿਹਾ ਬਣਾਇਆ ਨਾ ਇਹਨਾਂ ਨੇ, ਉਹ ਕਹਿੰਦੇ ਵੀ ਜੀ 50-50 ਰੁਪਈਏ ਦਿੰਦਾ, ਕਹਿੰਦੇ ਤਾਂ 5 ਲੱਖ ਵਾਲਾ ਕਾਰਡ ਆ ਉਹਨੂੰ, ਲੇਕਿਨ ਮਿਲਦਾ 50,000 ਦਾ ਬੈਨੀਫਿਟ ਆ ਉਹਦੇ 'ਤੇ। ਅਤੇ ਉਹਦੇ 'ਚ ਜਿਹੜੀ ਦਵਾਈ 500 ਦੀ ਉਹ 1000 ਦੀ ਲਾਉਂਦੇ, ਉਹਦੇ ਅਸੀਂ ਰੇਟਲੈਸ ਮੰਗ ਰਹੇ ਹਾਂ। ਇੱਕ MLA ਦੇ ਮੰਗਣ 'ਤੇ ਰੇਟਲੈਸ ਨਹੀਂ ਦਿੱਤੀ ਜਾਂਦੀ। ਉੱਥੋਂ ਦੇ ਮੈਡੀਕਲ ਸੁਪਰਡੈਂਟ ਨੇ 2 ਵਾਰੀ ਚਿੱਠੀ ਲਿਖੀ ਉਹਨਾਂ ਨੂੰ, ਰੇਟਲੈਸ ਨਹੀਂ। ਇਹਦਾ ਮਤਲਬ ਕਪੜਾ ਉੱਥੇ। ਅਤੇ ਹੁਣ ਫਿਰ ਅਸੀਂ, ਇਹ ਤਾਂ ਕਹਿੰਦੇ ਵੀ ਕਰੋਨਾ ਵੀ ਧਰਨਾ ਨਾ ਦਿਓ ਅਤੇ ਫਿਰ ਅਸੀਂ ਲੋਕਾਂ ਨੂੰ ਲੁੱਟਣ ਥੋੜ੍ਹੀ ਦੇਣਾ। ਅਤੇ ਮੈਂ ਤਾਂ ਉੱਥੇ ਜਾ ਕੇ ਚੌਂਕ ਲਾ ਕੇ ਛੇਤਰ ਮਾਰਨੇ ਇਹਦੇ, ਜਿਹਨਾਂ ਨੇ ਨਾਮ ਕੀ ਲਿਖਿਆ ਸੀਗਾ ਕਿ ਪਿਛਲੇ, ਅਗਰ ਗੱਲ ਕਰੀਏ ਤਾਂ ਜੋ ਦਸੰਬਰ ਤੋਂ ਹੀ ਕਲੀਅਰ ਹੋ ਗਿਆ ਸੀ ਕਿ ਵੱਡੀ ਵੇਵ ਆਉਣ ਵਾਲੀ ਹੈ, ਮੈਨ ਪਾਵਰ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ, L3 ਬੈੱਡ ਦੇ ਓਪਰੇਟਰ ਲਾਉਣੇ ਚਾਹੀਦੇ ਸੀ, ਜਦੋਂ 82 ਵੈਂਟੀਲੇਟਰ ਆਏ ਆ ਅਤੇ 64 ਖਰਾਬ ਨੇ,
मगर जिहड़े ठीक ने वह भी प्राइवेट हस्पतालों दिते जा रहे। देखो जी इन्हां दी प्रायोरिटी नहीं है, गल प्रायोरिटी दी है। तुसी चलो ये तो गल तुसी वेंटीलेटर कह रहे हो भी अज दी इशू है, सीटी स्कैन अल्ट्रासाउंड फरीदकोट मैडिकल कॉलेज एड्डा वड्डा इंस्टीट्यूशन है वह डेट दिंदा 28 दिनों की भी अज ढिड मेरा अज दुखदा तो उसकी रिपोर्ट तुहानू अल्ट्रासाउंड की 28 दिनों की मिलेगी। और यह गल अज दी नहीं है, 15 साल तो जो सुखबीर सिंह बादल डिप्टी सीएम सीगे डिप्टी सी उदों दी है, असी उदों सुखबीर बादल मिले सी, वो तो आम आदमी पार्टी भी है नहीं सी, असी भाई कन्हैया कैंसर रोको सेवा सोसायटी के एक वफद वजो मिले सी, कहिंदे आई विल डू इट, उन्हां दा आई विल डू इट हजे तां नहीं होया, कैप्टन सरकार भी लंघ गई। अज की हालात है, MRIs बाहर जाके करवानी पैंदी सिविल अपना फरीदकोट मैडिकल कॉलेज हुंदी नहीं, कोटपुरा सिविल हस्पताल दे विच प्रोफेसर साधु सिंह ने अल्ट्रासाउंड मशीन दित्ती उहदियां तारां चूहे कुतर गए, उत्थे अल्ट्रासाउंड नहीं हुंदा, इह सरकार ने भर्ती करने सी बंदे। उत्थे असीं इक एंबूलेंस दित्ती हुई है, एंबूलेंसां दे अज ठगी मार रहे लोग, बहुत रेट लै रहे, बहुत ज़्यादा रेट लै रहे हैं भी वो सरकारी एंबूलेंस लोगों के काम आवे, वो कागज़ तक नहीं बनाए इन्होंने। बड़े बड़े सरकार दावे करती है, कह रही थी कि 18+ नूं वैक्सीनेट किया जाएगा, 18 से 44 साल के जिहड़े बंदे ने उन्होंने वैक्सीन लवाई जाएगी, मगर सरकार के वादे फेल होंदे दिखाई दे रहे हैं, जिहड़ा हाल है तुहाडे तो भी नहीं छुपया। वो वैक्सीन तो मोदी साहब भेजी जाते बाहरले देशों जिथे करोना है ही नहीं, 6.5 करोड़ वैक्सीन भेजता, 3 करोड़ आबादी पंजाब की, 2 बारी ला लेंगे असी, मतलब फिक्र ही नहीं आपके देश का, फोटो खिंचाउंदा फिक्र है इन्हों, फोटो खिंचाते रहते 10-10 लाख का सूट पा लेंगे, लोगों का फिक्र ही नहीं। मैं तो लोगों को बेनती करना भी लोग इन्हों के काम देखा करो यार, भाषण ना देखा करो, काम देखा करो, पंजाब हिंदुस्तान सोने की चिड़ी है, ये सोने की चिड़ी बन सकता चज के बंद बिठा लीए आप। तो लगता नहीं कि इस राजनीति तो हट के कुछ मैडिकल दे बारे कुछ लोगों के बारे कुछ ऑक्सीजन के बारे कोविड के बारे सोचना चाहिए पंजाब सरकार को। छोटे वीरे बहुत दुख हों, साडे भरा मर रहे, बच्चे मर रहे, साडे बुजुर्ग मर रहे, और इन्होंने राजनीति करन दी लगी हुई है। हुण कांग्रेस दे हुण भी काफ़ी लोग जिहड़े ने हुण सीएम फेस बनन दी कोशिश कर रहे हैं, लाइन जिहड़ी है कांग्रेस दे विच लग लग चुकी है, हर एक बंदा चाह रहा है कि मैं सीएम फेस बना। की लगता कि कैप्टन अमरिंदर सिंह 2022 दीआं चोणां दे विच सीएम फेस होणगे या सन्यास लैणगे या फिर कोई होर पार्टी बनाणगे? मैनूं लगता है सीताफलां दी नर्सरी लाउणगे, होर इहदों वध कुछ नहीं लगता मैनूं। ਇਹਦਾ ਫਾਇਦਾ ਕਿਸਨੂੰ ਮਿਲਣ ਵਾਲਾ, ਕਿਹੜੀ ਪਾਰਟੀ ਇਹਦਾ ਫਾਇਦਾ ਲੈ ਸਕਦੀ ਹੈ ਇਸ ਸਮੇਂ? ਦੇਖੋ ਜੀ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ, ਪਾਰਟੀ ਪੰਜਾਬ ਦੇ ਲੋਕਾਂ ਨੇ ਕਰਨੀ ਹੈ, ਦੇਖਣੀ ਹੈ, ਅਰਵਿੰਦ ਕੇਜਰੀਵਾਲ ਦੇ ਕੰਮ ਦੇਖ ਲੈਣ ਅਤੇ ਇਹਨਾਂ ਦੇ ਕੰਮ ਦੇਖ ਲੈਣ। ਮੈਂ ਤਾਂ ਬੇਨਤੀ ਕਰਦਾ ਵੀ ਸਾਰੇ ਵੇਖ ਲਏ ਇੱਕ ਵਾਰੀ, ਅਰਵਿੰਦ ਕੇਜਰੀਵਾਲ ਨੂੰ ਵੇਖ ਲਈਏ ਆਪਾਂ। ਸਰਕਾਰ ਵੀ ਬਿਆਨ ਦਿੰਦੇ ਕਿ ਸਿੱਧੂ ਦੂਜੀ ਪਾਰਟੀ ਜੁਆਇਨ ਕਰ ਰਿਹਾ, ਇਨਡਾਇਰੈਕਟਲੀ ਕਹਿੰਦੇ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ, ਕੈਪਟਨ ਸਰਕਾਰ ਕਹਿੰਦੀ ਹੈ ਦਰਵਾਜ਼ੇ ਬੰਦ ਸਿੱਧੂ ਵਾਸਤੇ ਕਰਤੇ, ਪਰ ਕਿਤੇ ਨਾ ਕਿਤੇ ਗੱਲ ਜਿਹੜੀ ਅੰਦਰੋਂ ਸਾਹਮਣੇ ਆਉਂਦੀ ਹੈ ਕਿ ਉਹਨੂੰ ਵੱਡਾ ਅਹੁਦਾ ਜਿਹੜਾ ਕਾਂਗਰਸ ਦੇ ਵਿੱਚ ਮਿਲਣ ਵਾਲਾ। ਕੋਈ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈ ਕੋਈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ? ਉਹ ਸਿੱਧੂ ਸਾਹਿਬ ਵੱਡੇ ਬੰਦੇ ਨੇ ਜੀ, ਮੈਂ ਤਾਂ ਨਿੱਕਾ ਜਿਹਾ ਬੰਦਾ, ਮੈਨੂੰ ਇਸ ਬਾਰੇ ਕੁਛ ਨਹੀਂ ਪਤਾ, ਇਹ ਤਾਂ ਕੈਪਟਨ ਸਾਹਿਬ ਨੂੰ ਪਤਾ ਹੋਣਾ ਜਾਂ ਸਿੱਧੂ ਸਾਹਿਬ ਨੂੰ ਪਤਾ ਹੋਣਾ, ਆਮ ਕੇਜਰੀਵਾਲ ਸਾਹਿਬ ਨੂੰ ਪਤਾ ਹੋਊ? ਮੈਨੂੰ ਤਾਂ ਲੱਗਦਾ ਨਹੀਂ ਜੀ, ਜੇ ਉਹਨਾਂ ਨੂੰ ਪਤਾ ਹੁੰਦਾ ਸਾਨੂੰ ਦੱਸਦੇ ਜੀ ਉਹ। ਧੰਨਵਾਦ, ਬਹੁਤ ਬਹੁਤ ਸਾਡਾ। ਅਤੇ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਣਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿਹੜੇ ਹਾਲਾਤ ਨੇ ਪੰਜਾਬ ਦੇ ਕਾਫ਼ੀ ਮੰਦ ਪਾ ਗਏ ਨੇ, ਲਗਾਤਾਰ ਮੌਤਾਂ ਦਾ ਆਂਕੜਾ ਵੱਧਦਾ ਦਿਖਾਈ ਦੇ ਰਿਹਾ, ਮਗਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਸਿਆਸੀ ਰੋਟੀਆਂ ਪਕਾਉਣ 'ਤੇ ਲੱਗੀਆਂ ਹੋਈਆਂ ਨੇ। ਅਗਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਬੜੀ ਮੰਦਭਾਗੀ ਗੱਲ ਹੈ ਕਿ ਇਹਨੇ ਅਗਰ ਗੱਲ ਕਰੀਏ ਤਾਂ 1.25 ਸਾਲ ਪਹਿਲੇ ਦੀ ਤਾਂ ਕਾਫ਼ੀ ਸਮਾਂ ਜਿਹੜਾ ਪੰਜਾਬ ਸਰਕਾਰ ਕੋਲ ਸੀਗਾ ਅਤੇ ਕਾਫ਼ੀ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆ ਸਕਦੀਆਂ ਸੀਗੀਆਂ, ਪਰ ਜਿਹੜੇ ਮੌਤਾਂ ਦੇ ਆਂਕੜੇ ਨੇ ਲਗਾਤਾਰ ਵੱਧ ਰਹੇ ਨੇ, ਅਤੇ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੋ ਦੱਸੋ। ਵੀਡੀਓ ਜਰਨਲਿਸਟ ਪੰਕਜ ਦੇ ਨਾਲ ਜੈਵਰਮਾ ਸੰਜਟੀ ਵੀ ਚੰਡੀਗੜ੍ਹ।